ਅਗਲੇ ਬਾਬਾ ਚੱਲਦੇ ਹੈਲੋ ਜੀ ਡੀਐਮ ਤੇ ਤੁਹਾਡਾ ਵੀ ਸਵਾਗਤ ਹਾਂਜੀ ਖਾਨ ਸਾਹਿਬ ਆਵਾਜ਼ ਮਾਰੋ ਹੈਲੋ ਹੈਲੋ ਮੈਂ ਕਹ ਜੀ ਹਿੱਲੋ ਹਿੱਲੋ ਥੋੜਾ ਪਤਾ ਹਿੱਲੋ ਤੇ ਜੁਲੋ ਸਲਾਮ ਅਲੈਕਮ ਸਸਿਕਾਲ ਜੀ ਬਹੁਤ ਦੂਰੋਂ ਆਵਾਜ਼ ਤੁਹਾਡੀ ਆ ਰਹੀ ਹੈ ਲੱਗਦਾ ਇੱਥੇ ਪਹੁੰਚਦੇ ਪਹੁੰਚਦੇ ਸਾਡਾ ਪ੍ਰੋਗਰਾਮ ਖਤਮ ਹੋ ਜਾਣਾ ਬਹੁਤ ਸਾਰਾ ਸ਼ੁਕਰੀਆ ਫਿਰ ਵੀ ਮਿਹਰਬਾਨੀ ਗੱਲ ਸੁਣਾਓ ਔਰ ਮੈਂ ਗੱਲ ਸੁਣਾ ਰਿਹਾ ਸਾਂ ਨਾਲੇ ਅੱਜਕੱਲ ਦੇ ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਦੇ ਨਾਲ ਜੂਆ ਖੇੜਦੇ ਨੇ ਉਹ ਬਹੁਤ ਸਾਰੀਆਂ ਐਸੀਆਂ ਬੱਚੀਆਂ ਨੇ ਜਿਨ੍ਹਾਂ ਨੂੰ ਵਿਆਹ ਕੇ ਬਾਹਰਲੇ ਦੇਸ਼ ਦੇ ਵਿੱਚ ਭੇਜਿਆ ਜਾਂਦਾ ਔਰ ਉਹਨਾਂ ਦੇ ਨਾਲ ਬਹੁਤ ਬੁਰਾ ਸਲੂਕ ਹੁੰਦਾ ਜੋ ਖਾਸਾ ਉਹਨਾਂ ਦੇ ਨਾਲ ਬਹੁਤ ਬੁਰਾ ਸਲੂਕ ਹੁੰਦਾ ਉਹਨਾਂ ਨੂੰ ਫਾਲਤੂ ਜੀ ਸਮਝ ਕੇ ਮਾਰਿਆ ਜਾਂਦਾ ਹੈ ਕੁੱਟਿਆ ਜਾਂਦਾ ਹੈ ਔਰ ਇਥੋਂ ਤੱਕ ਕਿ ਮਾਪੇ ਨੂੰ ਜੇਕਰ ਟੈਲੀਫੋਨ ਕਰਨਾ ਹੈ ਤਾਂ ਉਹਨਾਂ ਨੂੰ ਟੈਲੀਫੋਨ ਕਰਨ ਦੀ ਵੀ ਇਜਾਜ਼ਤ ਨਹੀਂ ਹੁੰਦੀ ਖਤ ਲਿਖਣ ਦੀ ਇਜਾਜ਼ਤ ਨਹੀਂ ਹੁੰਦੀ ਔਰ ਕਿਸੇ ਨੂੰ ਮਿਲਣ ਵੀ ਨਹੀਂ ਦਿੱਤਾ ਜਾਂਦਾ ਔਰ ਇਸ ਤੋਂ ਇਲਾਵਾ ਜਾਨਵਰਾਂ ਵਾਂਗ ਉਹਨਾਂ ਦੇ ਨਾਲ ਸਲੂਕ ਕੀਤਾ ਜਾਂਦਾ ਹੈ ਔਰ ਇਹ ਬਹੁਤ ਸਾਰੇ ਜਾਂ ਜਿਹੜੀਆਂ ਐਸੀਆਂ ਕੁੜੀਆਂ ਨੇ ਐਸੀਆਂ ਬੱਚੀਆਂ ਨੇ ਜਿਹੜੀਆਂ ਇਸ ਯਾਨੀ ਕਿ ਚੀਜ਼ ਦੇ ਵਿੱਚੋਂ ਗੁਜ਼ਰ ਰਹੀਆਂ ਨੇ ਔਰ ਇਸ ਹਾਲਾਤਾਂ ਦੇ ਵਿੱਚੋਂ ਗੁਜ਼ਰਦੀਆਂ ਨੇ ਔਰ ਬੇਸ਼ੱਕ ਇਹ ਚੁੱਪਚਾਪ ਸਹਿ ਜਾਂਦੀਆਂ ਨੇ ਲੇਕਿਨ ਇਹ ਇੱਕ ਸਾਡਾ ਕਲਚਰ ਹੀ ਐਸਾ ਹੈ ਕਿ ਆਪਣੀ ਮਾਪੇ ਦੀ ਖਾਤਰ ਆਪਣੀ ਮਾਪੇ ਦੀ ਇੱਜ਼ਤ ਦੀ ਖਾਤਰ ਜਿਹੜੇ ਬੱਚੇ ਨੇ ਉਹ ਸਭ ਕੁਝ ਸਹਿ ਜਾਂਦੇ ਨੇ ਆਪੇ ਪਰ ਆਪਣੇ ਮਾਪੇ ਦੇ ਅੱਗੇ ਅੱਖ ਚੁੱਕ ਕੇ ਨਹੀਂ ਦੇਖਦੇ ਕਰ ਇਹ ਸੀ ਆਪਣੇ ਇਹ ਪੁਰਾਣੀ ਬਚਪਨ ਦੀ ਗੱਲ ਖਾਨ ਸਾਹਿਬ ਔਰ ਅੱਜ ਕੱਲ ਦਾ ਬਚਪਨ ਬਿਲਕੁਲ ਵੱਖਰਾ ਔਰ ਅੱਜ ਕੱਲ ਦੇ ਬਚਪਨ ਦੇ ਵਿੱਚ ਔਰ ਅੱਜ ਕੱਲ ਦੀ ਔਲਾਦ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਜੀ ਔਰ ਜਿਹੜਾ ਉਹ ਦਿਨ ਸਨ ਜਦੋਂ ਕਿ ਅਸੀਂ ਆਪਣੇ ਮਾਪੇ ਦੇ ਸਾਹਮਣੇ ਅੱਖ ਚੁੱਕ ਕੇ ਵੀ ਨਹੀਂ ਦੇਖ ਸਕਦੇ ਸੀ ਕਿ ਜਦੋਂ ਮਾਪੇ ਬੇਸ਼ੱਕ ਗਲਤ ਵੀ ਕੁਝ ਕਹਿ ਦੇਣ ਤਾਂ ਅਸੀਂ ਕਹਿੰਦੇ ਸੀ ਤਾਂ ਕਿ ਵਾਕੀ ਤੁਸੀਂ ਸੱਚ ਹੋ ਤੁਸੀਂ ਠੀਕ ਹੋ ਪਰ ਅੱਜ ਕੱਲ ਦੇ ਬੱਚੇ ਬੇਸ਼ੱਕ ਅਸੀਂ ਸੱਚੀ ਵੀ ਗੱਲ ਕਹਿ ਦਈਏ ਤਾਂ ਕਹਿਣਗੇ ਜੀ ਸਾਨੂੰ ਸਭ ਕੁਝ ਪਤਾ ਤੁਸੀਂ ਗਲਤ ਬਿਲਕੁਲ ਸਹੀ ਔਰ ਇਹ ਜੀ ਨਾ ਦੋਸਤੋ ਇਹ ਗੱਲਾਂ ਬਾਤਾਂ ਸਾਡੀਆਂ ਇਸੇ ਤਰ੍ਹਾਂ ਚਲਦੀਆਂ ਵੀ ਰਹਿਣਗੀਆਂ